ਹਾਂਜੀ ਗਾਇਸ, ਕੀ ਹਾਲ ਚਾਲ? ਠੀਕ ਠਾਕ ਸਾਰੇ? ਹੋਪ ਕਰ ਸਕਦੇ ਹੋਗੇ ਗਾਇਸ। ਸਰਨਾ ਪਹਿਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਲੋ ਬਾਬੇ, ਤੁਹਾਡਾ ਸਵਾਗਤ ਹੈ ਸਾਡੇ ਹੋਰ ਕਾਈਟ ਬਲੌਗ ਦੇ ਵਿੱਚ। ਅਤੇ ਬਾਬੇ, ਉਹ ਅੱਜ ਆਪਾਂ ਕਰਾਂਗੇ ਕਾਈਟ ਫਾਈਟਿੰਗ। ਅਤੇ ਆਪਣੇ ਕੋਲ ਦੋ ਤਿੰਨ ਜਣੇ ਆਏ ਸੀਗੇ, ਅਤੇ ਇੱਕ ਬੰਦਾ ਉਹ ਬੈਠਾ, ਉਹ ਲੱਗਿਆ ਪਤੰਗਾ ਇਹਦੇ ਕੋਲ। ਅਤੇ ਨਾਲੇ ਗਾਇਸ, ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ। ਅਤੇ ਚਲੋ ਫਿਰ ਆਪਾਂ ਹੁਣ ਕਾਈਟ ਫਾਈਟਿੰਗ ਮੋਟਰ ਵਾਲੀ ਤਾਰ ਤੇ। ਮੈਂ ਹੁਣ ਜੀ ਤਾਰ ਜਾਂਦੀ ਸੀ, ਮੈਂ ਤਾਰ ਹੀ ਫੜ ਲਈ, ਤਾਰ ਨੇ ਮਾਰਿਆ ਝਟਕਾ, ਇਹ ਵੀ ਥੱਲੇ, ਮੈਂ ਵੀ ਥੱਲੇ। ਲੱਗਿਆ ਨੀ ਇਹਦੇ, ਲੱਗ ਗਿਆ ਗੱਲ ਉਲਟੀ ਹੋ ਗਈ ਮੇਰੇ ਲੱਗੇ ਨੀ ਲੱਗ ਗਿਆ। ਆਪਾਂ ਭਾਈ ਨੇ ਸਲਾਮਾਂ ਆਪਦੀਆਂ ਬੱਬੇ, ਸਲਾਮਾਂ ਪਾਉਂਦੇ ਰਹਿ ਕੰਮ ਹੁੰਦਾ, ਸਲਾਮ ਬਾਹਲੀ ਗਾਹ ਲਾ ਲਈ। ਆਪ ਲੋਕਾਂ ਨੂੰ ਕਦੇ ਦੇਖਣੀ ਹੋਗੀ, ਦਸ ਲਾ ਕੇ ਦਿਖਾ, ਤੂੰ ਹੀ ਕਰ ਸਕਦਾ, ਕੋਈ ਕਾਪੀ ਨੀ ਕਰ ਸਕਦਾ, ਲਾ ਕੇ ਦਿਖਾ। ਪਤੰਗ ਤੇ ਫਿਰ ਤੁਹਾਨੂੰ ਮਿਲਦੇ। ਬਾਬੇ, ਉਹ ਬੰਦੇ ਦੀ ਬਾਂਹ ਦੁਖਦੀ ਆ, ਉਹਨੂੰ ਪਤੰਗ ਡਾਕ ਜਾਂਦਾ ਸਹੀ ਹੁਣ। ਲੋ ਬਾਬੇ, ਆਪਣਾ ਪਤੰਗ ਜਿਹੜਾ ਆਦਾ ਪਤਾ ਮਿੰਟ ਕੀ ਭਾਈ, ਰੋਗ ਦਾ ਪੁਜਾ ਤਾਂ ਰਹਿਣ ਤੇਰਾ ਪਤਾ ਮੈਨੂੰ। ਓਏ, ਅੜਦਾ ਪਤੰਗ ਸਹੀ ਅੜਦਾ, ਆਹ ਖੱਬੇ ਹੱਥ ਨਾਲ ਜੋ ਨਾ ਲੈ ਤੂੰ ਕੀ ਮਾਰ। ਓਏ, ਇੱਕ ਦੱਸ, ਮੈਂ ਸਾ ਤੂੰ ਸਾ ਲੈ ਕੇ ਮੈਂ ਖੇਚ ਲਾਵਾ, ਖੜਦਾ ਖੜਦਾ ਫਿਰ ਹੋ ਜਾ, ਰੋ ਜਾ ਵੀ ਰੋ ਜਾ, ਪਰ ਪਤੰਗ ਪੁਜਾ ਲਈਏ ਫੇਰ ਲੈਂਦੇ ਭਾਈ। ਮੈਂ ਭਾਈ ਮੂਰੇ ਮੂਰੇ ਪਤੰਗ ਇੱਧਰ ਵਿਊ ਕਿੰਨਾ ਘੈਂਟ ਦਾ ਹਨੇਰਾ, ਕੀ ਹੋ ਗਿਆ ਸੱਚੀ ਉੱਟ ਗਈ ਓਏ, ਮਜ਼ਾਕ ਕਰੀ ਜਾਂਦਾ ਹੁੰਦਾ ਨਾ, ਉਹ ਲਿਆ ਬਣਾ ਲਾਂਗੇ, ਉਹ ਚੱਕ ਲੈਣੇ ਤੇ ਪੈਣੀ ਗਈ, ਯਾਦ ਰੱਖ ਲਈ। ਤੇ ਇਹਨੇ ਪਤੰਗ ਵੜਤਾ, ਤੁਹਾਨੂੰ ਫਿਰ ਹੱਸ ਗਏ, ਬੰਦੇ ਨੂੰ ਬਿਆਨ ਕਰੋ ਇਹਨੂੰ ਵੜਤਾ ਬਾਈ ਵੜਤਾ, ਆਹ ਦੇਖੋ ਕਡੂਰ ਕਿਹੜੀ ਉਹ ਆਪਣੇ ਕੋਲ, ਇਹ ਤੁਹਾਨੂੰ ਦਿਖਾਉਂਦੇ ਹਾਂ, ਫਿਰ ਆਪਾਂ ਇਹਨਾਂ ਦੀ ਵੱਢ ਕੇ ਵੀ ਦਿਖਾਵਾਂਗੇ ਚੈਨਾ ਕੋਈ ਨਾ। ਚਲੋ, ਤੇ ਆਹ ਪਤੰਗ ਆਪਣਾ ਆ ਗਿਆ, ਤੇ ਪਹਿਲਾਂ ਹੁਣ ਬਤਾ ਲਈਏ ਫਿਰ ਤੁਹਾਨੂੰ ਮਿਲਦੇ ਹਾਂ। ਗਾਇਸ, ਆ ਪਤੰਗ ਚੱਕ ਲਿਆ ਆ, ਚਲ ਆਪਾਂ ਉਹ ਹੀ ਲੋਰ ਨਾਲ ਡਾਦਾ, ਹੁਣ ਆਪਾਂ ਦੇਖੇ ਦਾ ਵੱਢ ਦੇ ਪਾਂਗੇ ਇੱਕ ਵਾਰੀ, ਹੁਣ ਮੈਂ ਕਿ ਚੱਲ ਆਈ ਵਾ ਲੈ ਵੱਢ ਤਾ ਤਾਂ ਕਿ ਗਿਆ ਚੱਲ
ਉਧਰ ਵਿਊ ਕਿੰਨਾ ਘੈਂਟ ਹੁੰਦਾ, ਮੈਨੂੰ ਤਾਂ ਵਿਊ ਬਹੁਤ ਘੈਂਟ ਲੱਗਦਾ। ਪਤੰਗ ਚੱਕ ਲੈ, ਛਾਲ ਕੋਨੇ ਛਾਲਾ ਕੇ ਮਾਰਦੇ ਤੇ ਅੱਜ ਕੇ ਇੱਕ ਛਾਲਾ ਹਾ ਤੇ ਉਹ ਜਾਂਦਾ ਭੱਜਿਆ। ਉਹ ਨਹੀਂ ਮਾਰੀ ਕੈਮਰੇ ਦੀ ਛਾਲ ਤਾਂ ਇਹਨੇ ਵੀ ਐਂ ਹੋ ਗਿਆ ਵੀ ਸਹੀ ਗਿਰ ਜਾਏਗੀ। ਉਹ ਬੰਦੇ ਡਾਲਿਆ ਪਤੰਗ ਉਹਦੇ ਅਤੇ ਆਪਣਾ ਪਤੰਗ ਉਹਨੂੰ ਚੱਕ ਕੇ ਲਿਆਉਣ ਦਿਓ, ਫਿਰ ਤੁਹਾਨੂੰ ਮਿਲਦੇ ਹਾਂ। ਮੈਂ ਪਤੰਗ ਚੱਕ ਲਿਆਉਂਦਾ ਫਿਰ ਤੋਂ ਉਹਦਾ ਪਤੰਗ ਜਾਂ ਤੇਰਾ ਪਤੰਗ ਚੱਕ ਲਿਆਉਂਦਾ ਸਵਾਰੇ ਦੇ ਤੇਰਾ ਪਤੰਗ ਕਿੱਥੇ ਗਿਆ ਤੇਰਾ ਪਤੰਗ ਆ ਪਿਆ ਲੋ ਵੀ ਬਾਬੇ ਹੋ ਇਹਨੇ ਪਤੰਗ ਚੜਾ ਲਿਆ ਹੈ ਲੁੱਟਣ ਲਈ ਖੜਾ ਉਹ ਲੈ ਕੇ ਘਰੇ ਭੱਜ ਜਾਣਾ ਉਹਨੇ ਗਿਆ ਘਰੇ ਚੱਲ ਲੈ ਗਈ ਨਹੀਂ ਲਈ ਫਿਰ ਮੈਂ ਵੀ ਚੱਲ ਉਹ ਵੀ ਆ ਗਿਆ ਜੇ ਵੀ ਕਿਵੇਂ ਆ ਠੀਕ ਆ ਬਾਬੇ ਓ ਕਹਾ ਬਾਬਾ ਬੋਲਣ ਲੱਗੇ ਉਧਰ ਮੇਰਾ ਵੀ ਬਾਬਾ ਕੀ ਦਿਨ ਕਰਨ ਲੱਗੇ ਕੱਦੀ ਲੈ ਇਹਨਾਂ ਨੇ ਫੋਟੋਆਂ ਦੇ ਪਾਸੇ ਵਾਲੇ ਦੇ ਟਾਈਮ ਨਹੀਂ ਸਾਡੇ ਕੋਲੇ ਤੇ ਬਾਬਾ ਬਹੁਤ ਲੱਗ ਗਿਆ ਤੇ ਚਲੋ ਫਿਰ ਡੋਰ ਵੇਟ ਲਾ ਕਰ ਲੈ ਠੀਕ ਤੋੜ ਦੇ ਫਿਰ ਇੱਥੋਂ ਤੋੜਤਾ ਹਾਂ ਕੀ ਰੇਟ ਤੂੰ ਕੀ ਦੇ ਉੱਤੇ ਤੂੰ ਕੁਛ ਨਹੀਂ ਮਿਲਦਾ ਕੀ ਰੇਟ ਤੂੰ ਕੀ ਤੈਨੂੰ ਔਖਾ ਹੁਣ ਤੂੰ
ਲੈਜਰ ਸਿੰਗਰ ਸਿੰਗਰ ਸਾਹਿਬ ਲੱਗੇ ਪਏ ਤੇ ਆਪਣਾ ਸ਼ਿਕਾਰੀ ਖੋਲ ਦੇ ਪਹਿਲਾਂ ਆਪਣਾ ਚੱਕ ਲੈ ਆਪਣਾ ਪਤੰਗ ਉਹ ਪਿਆ ਉਹ ਵੀ ਚੱਕਣਾ ਹੁਣ ਚੱਕ ਕੇ ਦਿਖਾਈਏ ਇੱਕ ਪਤੰਗ ਕਿਵੇਂ ਚੱਕਿਆ ਜੀ ਹੁਣ ਚੱਕ ਚੱਲ ਚੱਕ ਕੀ ਕਰਨ ਲੱਗੇ ਚੱਲ ਪਤੰਗ ਦਿਖਾਉਣ ਲੱਗੇ ਸੀ ਇਹਨਾਂ ਨੇ ਹੁਣ ਡੋਣ ਨੀ ਦੇਣੇ ਤੇ ਚੱਲ ਪਹਿਲਾਂ ਪਤੰਗ ਚੱਕ ਕੇ ਤੁਹਾਨੂੰ ਫਿਰ ਮਿਲਦੇ ਹਾਂ ਡੋਰ ਕਿੱਥੇ ਨੀ ਮਿਲਦੇ ਦਿਨ ਕੁਛ ਵੀ ਡੰਡਾ ਆਪਾਂ ਆ ਗਏ ਆਪਦੇ ਸ਼ੀਸ਼ੇ ਦੇ ਮੂਹਰੇ ਆਹ ਲਾਈਟ ਚੱਲਦੀਆਂ ਬਾਹਰ ਹੋ ਗਿਆ ਸੀ ਬਹੁਤ ਜ਼ਿਆਦਾ ਹਨੇਰਾ ਮੱਛਰਾਂ ਮੱਛਰ ਬਹੁਤ ਲੜ ਕੇ ਆ ਗਏ ਸੀ ਦੋਨਾਂ ਨੇ ਰਹਿ ਗਏ ਬਾਕੀ ਜਾ ਵੜੀ ਘਰੇ ਆਫਿਸ ਉਹਨੇ ਘਰੋਂ ਫੋਨ ਅਤੇ ਆਪਾਂ ਪਾਏ ਸੀ ਵੇਚੇ ਦੋ ਦਿਨ ਵਿੱਚੋਂ ਆਪਾਂ ਵੱਡੇ ਆ ਸਿਰਫ ਇੱਕ ਹੀ ਵੱਡੇ ਇੱਕ ਉਹਨੇ ਵਢਾਇਆ ਬਾਕੀ ਟੁੱਟ ਗਏ ਸੀ ਆਪਾਂ ਪਤੰਗ ਡੱਗ ਪਿਆ ਤੁਹਾਨੂੰ ਕਿਹਾ ਸੀ ਚੱਕ ਕੇ ਦਿਖਾਉਣਾ ਵਾ ਉਹ ਚੱਕ ਕੇ ਜਾਣੇ ਚੱਕ ਲਿਆ ਹਨੇਰਾ ਹੋ ਗਿਆ ਸੀ ਉੱਤੇ ਦੇਖਣੋਂ ਹਟ ਗਏ ਸੀ ਪਤੰਗ ਅਤੇ ਚਲੋ ਫਿਰ ਆਪਾਂ ਬਲੌਗ ਨੂੰ ਅੱਜ ਨੂੰ ਇੱਥੇ ਐਂਡ ਕਰਦੇ ਹਾਂ ਜੇ ਨਾਲ ਤੁਹਾਨੂੰ ਇਹੋ ਜਿਹੇ ਵਧੀਆ ਵਧੀਆ ਬਲੌਗ ਦੇ ਚਾਹੀਦੇ ਸੱਤ ਦਿਨ ਕਮੈਂਟ ਕਰਕੇ ਦੱਸ ਦਿਓ ਤਾਂ ਆਪਣੇ ਪੂਰੇ 7 ਦਿਨ ਲਗਾਤਾਰ ਬਲੌਗ ਆਉਣਗੇ 7 ਦਿਨ 7 ਕਿੰਨੀ ਤਰੀਕ ਤੱਕ ਕਰਾਉਣਗੇ ਅੱਜ ਕਿੰਨੀ ਆ 11 ਮੈਂ ਆਪਣੀ 11 ਵਾਜੇ ਆਪਣੀ 11-12 ਜੇ ਆਪਾਂ 7 ਦਿਨ ਆਪਣੇ ਪੂਰੇ ਲਗਾਤਾਰ ਬਲੌਗ ਆਉਣਗੇ ਅਸੀਂ ਬਲੌਗ ਨੂੰ ਤੁਸੀਂ ਪਿਆਰ ਦੇਈ ਚੱਲਿਓ ਅਤੇ ਇੱਕ ਵਾਰ ਕਮੈਂਟ 'ਚ ਦੱਸ ਦਿਓ ਬਲੌਗ ਤੁਹਾਨੂੰ ਚਾਹੀਦੇ ਆ ਜਾਂ ਨਹੀਂ ਵੀ ਚਲੋ ਫਿਰ ਆਪਾਂ ਮਿਲਦੇ ਹਾਂ ਅਗਲੇ ਵਜੇ ਬਾਏ ਬਾਏ ਟਾਟਾ ਰੱਬ ਰਾਖਾ।